ਜਿਹੜਾ ਬੈਠਾ ਹੈ ਵੱਖਰੇ ਹੋ ਕੇ ਸੁਲਤਾਨ ਤਾਰਕੀਨ ਬਣ ਕੇ ਬੈਠਾ ਹੈ, ਫਰੀਦੁਦੀਨ ਗੰਜੇ ਸ਼ਕਰ ਬਣਕਰ ਬੈਠਾ ਹੈ, ਦੁਨੀਆ ਛੋੜ ਦੀ ਹੈ। ਉਸਾਂ ਨਾ ਦੇਸੀ ਬਚਾ ਕੇ ਚੇਚ ਕਰਕੇ ਨਾ ਦੇਸੀ ਓਏ ਤੇ ਹਾਊ ਹਾਊ ਕਰਨੇ ਨੇ ਕੁੱਤਿਆਂ ਰੁਪਏ ਨੇ ਦੁਨੀਆ ਵਾਸਤੇ, ਇਹ ਤਾਂ ਮੰਗਣੇ ਵੀ ਤੇ ਦਵਾਈਆਂ ਮਾਣੇ ਵਾਸਤੇ ਦੁਨੀਆ ਨਹੀਂ ਮੰਗਣੀ। ਯਾ ਅੱਲਾ 10 ਲੱਖ ਰੁਪਇਆ ਦੇਵੀ, ਯਾ ਅੱਲਾ ਚੰਗੀ ਕਾਰ ਦੇਵੀ, ਯਾ ਅੱਲਾ ਜਾਇਦਾਦ ਦੇਵੀ। ਕਿ ਪੀਰ ਹੈ ਤੇ ਕੇ ਮੁਰੀਦ ਹੈ ਤੇ ਕੇ ਮੌਲਵੀ ਹੈ, ਸਾਰੇ ਦੁਨੀਆਦਾਰ ਸਭ ਦੁਨੀਆ ਮੰਗਣੇ ਨੇ, ਇਹ ਕੈਸਾ ਯਾ ਅੱਲਾ ਕੌਣ ਹੈ? ਇਹ ਫਰੀਦੁਦੀਨ ਨਾਂ ਆਦਮੀ ਹੈ ਜੀ, ਪੇਟ ਉੱਤੇ ਲੱਕੜ ਬੱਦੀ, ਜਿਸ ਵੇਲੇ ਹਵਸ ਹੋਣੀ ਖਾਣੇ ਨੀ ਤੇ ਚੱਕ ਮਰਨਾ, ਰੋਟੀਆਂ ਲੱਕੜਨੀ ਕਾਠ ਨੀ ਕੁੰਨੀ, ਕਾਠ ਨੀ ਕੁੰਨੀ, ਨਹੀਂ ਸਮਝ ਆਈ ਨੇ? ਕੁੰਨੀ ਕਿਸਾਨ ਹੈ ਨਾ, ਕਟਵੀ ਕੁੰਨੀ ਮੈਨੇ ਕਟਵੀ, ਮੈਂ ਕੁੰਨੀ ਉੱਤੇ ਗੱਲ ਯਾਦ ਆ ਗਈ। ਅਸਾਂ ਨੇ ਕਰੀਬ ਗ੍ਰਾਮ ਸ਼ੀਆਂ ਨਾ, ਜਿਸ ਵੇਲੇ ਅਸਾਂ ਨੇ ਬਜ਼ੁਰਗ ਆਏ ਨਾ ਨਵੇਂ ਨਵੇਂ, ਕਿੱਥੋਂ? ਗਵਾਲੀਅਰ ਤੋਂ ਨਹੀਂ, ਤੁਸੀਂ ਨਾਲ ਲਿਓ ਸਡੌਰਾ ਜ਼ਿਲ੍ਹਾ ਅੰਬਾਲਾ ਵਿੱਚੋਂ, ਸਮਝ ਆਈ ਨਾ? ਅੰਬਾਲੇ ਵਿੱਚੋਂ ਅਸੀਂ ਆਏ ਹਾਂ, ਅੰਬਾਲੇ ਚੋਂ ਆਏ ਨਾ ਨਵੇਂ ਨਵੇਂ, ਤੇ ਇਹ ਪੀਰੀ ਮੁਰੀਦੀ ਬੜੀ ਅਜੀਬ ਸ਼ੈ ਹੋਣੀ ਹੈ। ਕੁਕੜੀਆਂ ਮੁਰਗੀਆਂ ਵਾਲੇ ਪੀਰ ਜਿਹੜੇ ਨਾ ਬੰਨੇ ਮੰਗਣੇ ਵਾਲੇ, ਤੇ ਇਹਨਾਂ ਨੇ ਆਉਣਾ ਭਾਈ ਇਹ ਹੋਰ ਉੱਤੋਂ ਆ ਗਿਆ ਕੋਈ ਮੰਗਤਾ, ਤੇ ਅਸਾਂ ਨਾ ਅੱਗੇ ਰੋਜ਼ੀ ਰਿਜ਼ਕ ਚ ਲੱਤ ਮਾਰਸੀ, ਇਹ ਕੌਣ ਆ ਗਿਆ? ਇਹ ਪੀਰ ਮੇਹਰ ਅਲੀ ਸ਼ਾਹ ਸਾਹਿਬ ਨੇ, ਪਰਦਾਦਾ ਸਾਹਿਬ ਆਏ, ਤੇ ਉਹ ਨਾਲ ਜਿਹੜੇ ਸੈਯਦ ਗਰਾਮਾਂ ਨੇ ਉਹਨਾਂ ਆਖਿਆ ਇਹ ਅਸਾਂ ਨੀ ਰੋਜ਼ੀ ਚ ਲੱਤ ਮਾਰਨੇ ਵਾਲੇ ਕੌਣ ਆ ਗਏ? ਉਹਨਾਂ ਆਖਿਆ ਇਹ ਸੈਯਦ ਹੀ ਨਹੀਂ, ਇਹ ਪਤਾ ਨੀ ਕੇ ਬਲਾਈਆਂ ਕਿੱਥੋਂ ਆ ਗਏ, ਅਸਾਂ ਨੇ ਮੈਰੇ ਨਾਲ ਬੈਠਾ ਹੈ, ਇਸ ਕੋਲ ਪੁੱਛੋ। ਇਹ ਵੀ ਮੁਰਗੇ ਹੁਣ ਤੱਕ ਉਹਨਾਂ ਹੀ ਦੇਣੇ ਰਹੇ। ਅੱਛਾ ਹੁਣ ਮੈਂ ਅਰਜ਼ ਕਰਨਾ ਕਿ ਉਹਨਾਂ ਆਖਿਆ ਇਹ ਕਿੱਥੋਂ ਆ ਰਹੇ ਨੇ, ਸੈਯਦ ਹੀ ਨਹੀਂ। ਉਹਨਾਂ ਨਾਲ ਮੁਨਾਜ਼ਰਾ ਪੈ ਗਿਆ, ਉਹ ਵੱਡੇ ਭਾਰੀ ਬਰਕਮ ਸ਼ਾਹਰੀ ਵਿੱਚ ਬੈਠੇ ਆਣ ਕੇ, ਤੇ ਪੀਰ ਰੋਸ਼ਨ ਦੀਨ ਸਾਹਿਬ ਮੇਰੇ ਜੱਦੇ ਅਮਜਦ ਹਜ਼ਰਤ ਪੀਰ ਮੇਹਰ ਅਲੀ ਸ਼ਾਹ ਸਾਹਿਬ ਕੇ ਪਰਦਾਦਾ, ਉਹ ਬੈਠੇ ਵਿੱਚ, ਤੇ ਉਹ ਸ਼ੀਆ ਤੇ ਇਹ ਸੁਣੀ। ਉਹਨਾਂ ਆਖਿਆ ਜੀ ਤੁਸੀਂ ਆਪਣੇ ਨਸਬ ਤੇ ਦਲੀਲ ਦਿਓ, ਤੁਸੀਂ ਸੈਯਦ ਕਿੱਥੇ ਨੇ? ਉਹਨਾਂ ਆਖਿਆ ਜਨਾਬ ਅਸੀਂ ਇੱਥੇ ਸਿਆਦਤ ਕੋਈ ਮੋਹਰ ਲਵਾਉਣੇ ਵਾਸਤੇ ਨਾ ਆਇਆ, ਅਸੀਂ ਮੁਸਾਫਰ ਹਾਂ, ਗੁਜ਼ਰ ਰਹੇ ਹਾਂ ਗੋਲਡ ਸ਼ੀਫ ਤੋਂ, ਤੇ ਇਹਨਾਂ ਗ੍ਰਾਹਾਂ ਵਾਲੇ ਅਸਾਂ ਇੱਥੇ ਠਹਿਰਾ ਕੇ ਤੇ ਅਸੀਂ ਤਾਂ ਅੰਬਾਲੇ ਦੇ ਹਾਂ ਉੱਥੇ ਜਾ ਰਹੇ ਹਾਂ, ਤੇ ਗੋਲੇ ਦੇ ਸ਼ਹਿਰੀਆਂ ਅਸਾਂ ਰੋਕ ਲਿਆ, ਅਸੀਂ ਕੋਈ ਨਾਲ ਨਸਬ ਦੇ ਫੜਕੇ ਲੈ ਕੇ ਤੇ ਨਹੀਂ ਆਏ ਹਾਂ। ਉਹਨਾਂ ਆਖਿਆ ਨਹੀਂ, ਅਗਰ ਨਸਬ ਦੱਸੋ ਤੇ ਠੀਕ ਨੇ, ਵਰਨਾ ਇੱਥੋਂ ਉੱਠੋ ਨਿਕਲੋ ਬਾਹਰ, ਸਾਡਾ ਵੀ ਤੁਸੀਂ ਕੰਮ ਖਰਾਬ ਕਰ ਦਿੱਤਾ। ਲੋਕਾਂ ਦਾ ਰੁਝਾਨ ਹੋ ਗਿਆ ਨਾ, ਤੇ ਪੀਰਾਂ ਬੜੀ ਮਾਰ ਹੋਣੀ ਹੈ, ਦੋ ਪੀਰ ਬੈਠੇ ਹੋਣ ਨਾ, ਇੱਕ ਪਾਸੇ ਲੈਣ ਜ਼ਿਆਦਾ ਹੋਵੇ ਜੇ ਬੰਦੇ ਜ਼ਿਆਦਾ ਹੋਵੇ, ਦੂਜਾ ਦਰਦ ਪੈ ਪੈਂਦਾ ਭਾਈ ਨਜ਼ਰਾਨੇ ਗਏ ਹੋਣ, ਹਾਲਾਂਕਿ ਜਿਸ ਜਿਸਾਂ ਦੇਣੇ ਨੇ ਉਸਾਂ ਹੀ ਦੇਣੇ ਨੇ। ਲੋਕ ਵੀ ਬੜੇ ਸਮਝਦਾਰ ਹੋਣ, ਅੱਜ ਤੈਅ ਕਰਕੇ ਬੰਨੇ ਨੇ ਕਿ ਇਹ ਪੈਸੇ ਕਿਸਾਂ ਦੇਣੇ ਨੇ ਤੇ ਇਹ ਕਿਸੀਆਂ ਨਹੀਂ ਦੇਣੇ। ਚੁੰਮ ਸੁਣ ਸਾਰਿਆਂ, ਲੇਕਿਨ ਦੇਣੇ ਕੱਖ ਨੇ, ਥੁੱਕ ਲਾ ਕੇ ਤੇ ਮੁੜ ਕੇ ਆਣੇ ਨੇ। ਮੈਂ ਇਸੀ ਵਾਸਤੇ ਦਸਤਾਨਾ ਪਾਉਣਾ ਹੁਣ, ਇੱਕ ਬੰਦੇ ਮੈਂ ਆਖਿਆ ਜੀ ਤੁਸੀਂ ਦਸਤਾਨਾ ਪਾਉਂਦੇ ਹੋ, ਮੈਂ ਆਖਿਆ ਜਿਹੜੇ ਸਿਰਫ ਥੁੱਕ ਲਾਣੇ ਵਾਸਤੇ ਆਉਣੇ ਨਾ, ਉਹਨਾਂ ਨੇ ਥੁੱਕਾਂ ਕੋਲੋਂ ਬਚਣੇ ਵਾਸਤੇ। ਇਹ ਕਈ ਬੰਦੇ ਮੈਂ ਇਤਰਾਜ਼ ਕਰ ਰਹੇ ਜੀ ਤੁਸੀਂ ਕਿਆ ਲੋਕਾਂ ਕੋਲ ਨਫ਼ਰਤ ਕਰਨੇ ਹੋ ਤਾਂ ਦਸਤਾਨਾ ਪਾਉਂਦੇ ਹੋ? ਮੈਂ ਆਖਿਆ ਬੜੇ ਅਫਸੋਸ ਦੀ ਗੱਲ ਹੈ ਮਾਂ, ਅਸਲ ਇਹ ਕਿ ਮੈਂ ਕੋਈ ਸ਼ੂਗਰ ਨਹੀਂ ਤਕਲੀਫ ਹੀ, ਤੇ ਨਾਖਨ ਲੋਕਾਂ ਨੇ ਕਈ ਵਾਰੀ ਲੱਗੇ ਨੇ, ਤੇ ਮੈਨੂੰ ਖੂਨ ਜਾਰੀ ਹੋ ਗਿਆ, ਤੇ ਉਹ 10-15-20-20 ਦਿਨ ਉਹ ਜ਼ਖਮ ਵੱਲ ਨਹੀਂ ਹੋਇਆ। ਮੈਂ ਇਸ ਮਜਬੂਰੀ ਨਹੀਂ ਵਜ੍ਹਾ ਤੂੰ ਪਾਉਣਾ, ਇਹ ਕੋਈ ਨਫ਼ਰਤ ਵਾਸਤੇ ਨਹੀਂ ਪਾਉਣਾ ਮਾਜ਼ ਅੱਲਾ। ਕੋਈ ਬੰਦਾ ਖਿਆਲ ਕਰਨਾ ਹੈ, ਜ਼ੁੰਨੁਲ ਮੁਮਿਨੀਨ ਖੈਰਾ, ਮੁਸਲਮਾਨ ਉੱਤੇ ਅੱਛਾ ਗੁਮਾਨ ਕਰੋ, ਬਦਗੁਮਾਨੀ ਨਾ ਕਰੋ। ਹੈ ਜੀ ਬੰਦਾ ਸੋਚਣਾ ਹੋਣਾ, ਤੇ ਉਹ ਐਵੇਂ ਹੀ ਆ ਕੇ ਨਾ ਤੇ ਫਿਰ ਟੁਰ ਕੇ ਚਲੇ ਵਿੰਨਣ, ਤੇ ਉਹ ਇਹਨਾਂ ਫਿਰ ਬਚੜ ਪੈ ਵਿੰਨਣ ਕਿ ਹਾਏ ਇੱਥੇ ਬਹੁ ਬੰਦੇ ਮਿਲਣੇ ਪਏ ਨੇ, ਇੱਥੇ ਮਖਲੂਕ ਸਾਰਾ ਲੁੱਟ ਗਿਆ ਹੈ। ਉਹਨਾਂ ਵੀ ਵਕਤ ਪੈ ਗਿਆ, ਉਹਨਾਂ ਆਖਿਆ ਭਾਈ ਫੀਰ ਆ ਗਿਆ ਗੋਲੇ 'ਚ ਕੋਈ ਨਵਾਂ, ਇਹ ਅੰਬਾਲੇ ਤੋਂ ਮੁਸਾਫਰ ਆਏ ਨੇ, ਅਸਾਂ ਨੇ ਵੀ ਦੁਕਾਨ ਬਰਬਾਦ ਕਰ ਗਏ।
ਉਹਨਾਂ ਆਖਿਆ ਇਹਨਾਂ ਕੋਲੋਂ ਨਸਬ ਨਹੀਂ ਪੁੱਛੋ ਫੈਰਿਸ ਕਿ ਤੁਸੀਂ ਹਸਨੀ ਸੈਯਦ ਹੋ ਹੁਸੈਨੀ ਸੈਯਦ ਹੋ ਸਬੂਤ ਦਿਓ। ਹੁਣ ਸੁਣਿਓ ਗੋਲੇ ਨਹੀਂ ਸਿਆਦਤ ਤੇ ਇਤਰਾਜ਼ ਕਰਨ ਵਾਲੇ ਹੋ ਠੀਕ ਹੈ। ਉਹਨਾਂ ਆਖਿਆ ਅੱਛਾ ਸ਼ਾਹ ਜੀ ਫਿਰ ਹੁਣ ਤੁਸੀਂ ਮਜਬੂਰ ਕਰਨੇ ਹੋ ਹੁਣ ਮਜਬੂਰੀ। ਉਸ ਵੇਲੇ ਤੀਲਿਆਂ ਦੀ ਟੋਪੀ ਹੋਣੀ ਹੈ ਤੀਲਿਆਂ ਦੀ ਟੋਪੀ ਹੈ ਪਤਲੀ ਬਿਲਕੁਲ ਉਹਨਾਂ ਲਾ ਕੇ ਤੇ ਜ਼ਮੀਨ ਉੱਤੇ ਰੱਖ ਛੋੜੀ ਅਸਾਂ ਨੇ ਦਾਦਾ ਸਾਹਿਬ ਤੇ ਮੁਸਾਫਰ ਹੈ ਕੋਈ ਸ਼ੈ ਨਹੀਂ ਗੋਲੇ ਵਿੱਚ ਨਾ ਕੋਈ ਜ਼ਮੀਨ ਹੈ ਨਾ ਕੋਈ ਜਾਇਦਾਦ ਹੈ ਪੰਡੂਕਲੀਆਂ ਦੋਵਾਂ ਭਰਾਵਾਂ ਵਧੀਆਂ ਹੋਈਆਂ ਨੇ ਤੇ ਉੱਥੇ ਰੱਖੀਆਂ ਹੋਈਆਂ ਨੇ ਇੱਕ ਛੱਪਰੇ ਥੱਲੇ ਬੈਠੇ ਨੇ ਇਹ ਦੁਨੀਆ ਉਹਨਾਂ ਦੀ ਚੰਦ ਕੁਝ ਅਰਸਾ ਹੋਇਆ ਗੋਲੇ ਆਏ ਉਹਨਾਂ ਆਖਿਆ ਟੋਪੀ ਲਾ ਕੇ ਇੰਜ ਰੱਖ ਦਿੱਤੀ ਮੈਦਾਨ ਚ ਫਰਮਾਇਆ ਕਿ ਸਾਡੇ ਕੋਲ ਫੜਕਾ ਤਾਂ ਕੋਈ ਨੀ ਕਾਗਜ਼ ਤਾਂ ਕੋਈ ਨੀ ਜਿਸ ਤੇ ਸ਼ਜਰਾ ਨਸਬ ਲਿਖਿਆ ਹੋਵੇ ਅੰਬਾਲੇ ਵਾਲੇ ਸਾਦਾਤ ਕੀ ਸਬਸੇ ਬੜਾ ਯਹੀ ਸ਼ਜਰਾ ਹੈ ਕਿ ਜੋ ਸੱਚਾ ਔਰ ਸੁੱਚਾ ਸੈਯਦ ਹੈ ਉਹ ਇਸ ਟੋਪੀ ਕੋ ਉੱਠ ਕਰ ਉਠਾਏ। ਬੜੇ ਇੱਕ ਭਾਰੀ ਪਰਖਮ ਸ਼ਾਹ ਹੀ ਉੱਠੇ ਹਲਨੇ ਜੁਲਨੇ ਆਏ ਹੱਥ ਪਾਇਆ ਨੇ ਟੋਪੀਆਂ ਜਿਸ ਟੋਪੀ ਤੀਲਿਆਂ ਨੀ ਟੋਪੀ ਗਈ ਉਹਨਾਂ ਸਮਝਿਆ ਕੱਖਾਂ ਰੋਡਵੇ ਸੀ ਹੈਂਜੀ ਇਹ ਕਿਹੜੀ ਗੱਲ ਹੈ ਕੱਖਾਂ ਨੀ ਉਹਨਾਂ ਇਹ ਨੀ ਪਤਾ ਕੱਖਾਂ ਨੀ ਨਹੀਂ ਹੈ ਲੱਖਾਂ ਨੀ ਹੈ ਹੱਥ ਪਿਆ ਤੇ ਸ਼ਾਹ ਨੇ ਪੈਰ ਪੱਟੇ ਗਏ ਪਿੱਛੋਂ ਅਸਾਂ ਨੇ ਬਜ਼ੁਰਗਾਂ ਆਖਿਆ ਕਿਬਲਾ ਜ਼ਰਾ ਹੋਸ਼ ਨਾਲ ਹੱਥ ਪਾਇਓ ਇਹ ਸੱਚੇ ਬਨੂ ਫਾਤਮਾ ਕੀ ਟੋਪੀ ਹੈ ਇਹ 14 ਤਬਕ ਪਰ ਭਾਰੀ ਹੈ ਸਮਝ ਆਈ ਉਹਨਾਂ ਆਖਿਆ ਫਿਰ ਇੱਕ ਮੈਂ ਦੱਸਾਂ ਉਹਨਾਂ ਫਿਰ ਮਿੰਨਤਾਂ ਕੀਤੀਆਂ ਅੱਲਾ ਨੇ ਵਾਸਤੇ ਨੇ ਕੁੱਕੜ ਤੇ ਚੌਲ ਖਾਂਦੇ ਹਾਂ ਇਲਾਕਾ ਨਹੀਂ ਦਿਓ ਲੱਗਾ ਕਦੇ ਇੱਥੇ ਅੱਜ ਟੋਪੀ ਨਚਾਈ ਗਈ ਉਹ ਕੰਨੇ ਚ ਦੂਏ ਬਰਾਦਰੀ ਆਣ ਕੇ ਫਿਰ ਮੈਂ ਅਸਾਂ ਨੇ ਬਜ਼ੁਰਗਾਂ ਆਖਿਆ ਅੱਛਾ ਆਇੰਦਾ ਇੱਕ ਅਸਾਂ ਨੇ ਨਸਬ ਤੇ ਨਾ ਬੋਲਿਓ ਹੁਣ ਪਤਾ ਲੱਗ ਗਿਆ ਨੇ ਨਾ ਖਬਰਦਾਰ ਆਇੰਦਾ ਤੇ ਚਲੋ ਚਾਹ ਕੇ ਨਾ ਤਾਂ ਦਾਲ ਰੋਟੀ ਚੱਲੀ ਹੈ ਜੀ ਅੱਛਾ ਮੈਂ ਅਰਜ਼ ਕਰਨਾ ਇੱਕ ਉੱਠਨੇ ਹੋ ਫਿਰ ਵੀ ਕਰ ਗਿਆ ਉਸ ਆਖਿਆ ਜੀ ਮੈਂ ਹੋ ਹੀ ਨਹੀਂ ਸਕਣਾ ਸੈਯਦ ਹੋਵੇ ਤੇ ਸੁੰਨੀ ਹੋਵੇ ਉਸ ਆਖਿਆ ਸੈਯਦ ਹੋਵੇ ਤੇ ਸੁੰਨੀ ਹੋਵੇ ਉਸ ਆਖਿਆ ਕਾਠ ਦੀ ਕੁੰਨੀ ਨਹੀਂ ਤੇ ਸੈਯਦ ਸੁੰਨੀ ਨਹੀਂ ਜਿਸ ਤਰ੍ਹਾਂ ਲੱਕੜ ਦਾ ਲੱਕੜ ਦੀ ਹਾਂਡੀ ਨਹੀਂ ਹੋ ਸਕਦੀ ਕਿਉਂਕਿ ਅੱਗ ਤਲੇ ਲੱਗ ਸੀ ਤੇ ਲੱਕੜ ਸੜ ਪਏ ਸੀ ਅੱਜ ਤੱਕ ਤੁਸਾਂ ਲੱਕੜ ਦੀ ਹਾਂਡੀ ਨਹੀਂ ਵੇਖੀ ਇਸੀ ਤਰ੍ਹਾਂ ਤੁਸਾਂ ਸੁੰਨੀਆਂ ਵਿੱਚੋਂ ਸੈਯਦਾਂ ਵਿੱਚੋਂ ਕੋਈ ਐਸਾ ਬੰਦਾ ਨਹੀਂ ਤੱਕਿਆ ਜਿਹੜਾ ਸੁੰਨੀ ਹੋ ਸੀ ਸਾਰੇ ਸ਼ੀਆ ਹੋ ਸੀ ਉਸਨੇ ਦਲੀਲ ਦਿੱਤੀ ਉਸ ਆਖਿਆ ਕਾਠ ਦੀ ਕੁੰਨੀ ਨਹੀਂ ਤੇ ਸੈਯਦ ਸੁੰਨੀ ਨਹੀਂ ਮੇਰੇ ਦਾਦੇ ਆਖਿਆ ਫਿਰ ਸੁਣ ਕਾਠ ਦਾ ਦੀਆ ਨਹੀਂ ਤੇ ਸੈਯਦ ਸ਼ੀਆ ਨਹੀਂ ਸਮਝ ਆਈ ਕਿ ਜਿਸ ਤਰ੍ਹਾਂ ਲੱਕੜੀ ਦੀ ਕੇ ਨਹੀਂ ਆਉਂਦੀ ਹਾਂਡੀ ਨਹੀਂ ਆਉਂਦੀ ਇਸ ਤਰ੍ਹਾਂ ਲੱਕੜੀ ਦਾ ਦੀਵਾ ਵੀ ਨਹੀਂ ਆਉਂਦਾ ਤੋ ਦਾਖਾ ਨਾ ਕਾਠ ਦੀ ਕੁੰਨੀ ਨਹੀਂ ਤੇ ਸੈਯਦ ਸੁੰਨੀ ਨਹੀਂ ਮੈਂ ਕਹਿੰਦਾ ਕਿ ਕਾਠ ਦਾ ਦੀਆ ਨਹੀਂ ਤੇ ਸੈਯਦ ਸ਼ੀਆ ਨਹੀਂ ਹਾਂ ਲੱਕੜ ਜਿਹੜੀ ਨਾ ਬਾਬਾ ਫਰੀਦ ਸਾਹਿਬ ਦੀ ਤੇ ਮਤਲਬ ਇਹ ਕਿ ਜਿਹੜੇ ਵੱਖਰੇ ਹੋ ਕੇ ਬਹਿੰਦੇ ਨੇ ਅੱਲਾ ਦਿੰਦਾ ਉਹਨਾਂ ਨੂੰ ਹੈ ਤੇ ਇਹ ਮਾਂ ਜਾਣਦੀ ਹੈ ਨਾ ਪਤਾ ਹੁੰਦਾ ਇਹ ਕੌਣ ਹੈ ਕੇ ਵੇ ਇਸੀ ਤਰ੍ਹਾਂ ਅੱਲਾ ਜਾਣਦਾ ਕੌਣ ਕੇ ਵੇ ਕਿਉਂਕਿ ਮਾਂ ਰਬੂਬੀਅਤ ਸੁਗਰਾ ਕੀ ਮਾਲਿਕ ਹੈ ਜਿਸ ਕਾ ਕੁਰਾਨ ਨੇ ਜ਼ਿਕਰ ਕੀਆ ਹੈ ਔਰ ਵੋ ਰੱਬ ਅਕਬਰ ਹੈ ਵੋ ਸਭ ਸੇ ਬਿਹਤਰ ਜਾਣਤਾ ਹੈ ਕਿ ਕੌਣ ਕਿਆ ਹੈ ਇਸ ਲਈ ਫਰਮਾਇਆ ਇਨ ਅੱਲਾਹ ਵ ਮਲਾਇਕਤਹੁ ਯੁਸੱਲੂਨਾ ਅਲਨ ਨਬੀ ਯਾ ਅਯੁਹ ਅਲਜ਼ੀਨਾ ਆਮਨੂ ਮੈਂ ਤੇ ਫਰਿਸ਼ਤੇ ਤੇ ਪੜ੍ਹਨੇ ਪਿਆ ਨਾ ਉਹ ਈਮਾਨ ਵਾਲਿਓ ਤੁਸੀਂ ਪੜ੍ਹੋ ਹੁਣ ਕੀ ਮਤਲਬ ਕਿ ਮੈਂ ਤਾਂ ਤੁਸਾਂ ਈਮਾਨ ਵਾਲਾ ਸਮਝਿਆ ਅੰਦਰ ਕੰਮ ਖਰਾਬ ਹੈ ਹੈ ਜੀ
मैं तो तुसा मुखातब किया है या यो अल्लज़ीन आमनु जेड़े नहीं पढ़ने। अच्छा फिर आमनु विचू खारिज हो, ठीक है ना। हुण के होया कि जिस वेले उत्थे आए ना ते उन्हें आख्या के हुण सारे पासे शैतान दा तसरुफ अक्सर। तो मैं अर्ज कर रहा था अल्लाह फरमाया इतना इबलीस शैतान है, इतनी वड्डी शैवे ते फरमाया इन कैद शैतान काना ज़ईफा, इन कैद शैतान है, शैतान ना मकर ज़ईफ है, कमजोर है, कोई शै भी नहीं। ये बड़ी वड्डी शै आदम अलैहि सलाम कहना है, तले हवा कहना है, सारी मखलूक उन्होंने फैद है। हाँ जी पुल के आया ना, पुल के आया, ये सारा उसने शरारत है। फिर भी फरमाया इन्ना कैद शैतान काना ज़ईफा, ये शैतान जितना भी मकर करे ना, जितना भी शैतानी करे, मखलूक का गुमराह करे, फिर भी कमजोर है, कोई शय नहीं। मां पता है ना मैं पैदा किया है।